ਉਧਰ ਕੈਗ ਦੀ ਆਈ ਰਿਪੋਰਟ ਵੀ ਵੱਖੋ ਵੱਖ ਮਾਮਲਿਆਂ ਦੇ ਵਿੱਚ ਪਿਛਲੀ ਸਰਕਾਰ ਨੂੰ ਕਈ ਵਾਰ ਸਵਾਲਾਂ ਦੇ ਖੇੜੇ 'ਚ ਲਿਆ ਰਹੀ ਹੈ। ਕੈਗ ਦੀ ਰਿਪੋਰਟ 'ਚ ਹੋ ਰਹੇ ਖੁਲਾਸੇ ਪਿਛਲੀ ਅਕਾਲੀ ਬੀਜੇਪੀ ਸਰਕਾਰ ਦੇ ਸਿੱਖਿਆ ਦੇ ਦਾਅਵਿਆਂ ਦੀ ਵੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਨੇ। ਕੈਗ ਦੀ ਰਿਪੋਰਟ ਮੁਤਾਬਕ ਸੂਬੇ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਮਾੜੀ ਹੈ। ਪਿਛਲੀ ਅਕਾਲੀ ਬੀਜੇਪੀ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ 'ਚ ਬਹੁਤ ਵੱਡੇ ਮਾਰਕੇ ਮਾਰੇ ਜਾਣ ਦੇ ਦਾਅਵੇ ਕੀਤੇ ਜਾਂਦੇ ਰਹੇ ਨੇ, ਪਰ ਕੈਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਨੇ ਇਹਨਾਂ ਦਾਅਵਿਆਂ 'ਤੇ ਸਵਾਲ ਖੜਾ ਕੀਤਾ ਹੈ। ਕੈਗ ਦੀ ਰਿਪੋਰਟ ਮੁਤਾਬਕ ਸੂਬੇ ਦੇ 13,251 ਸਕੂਲਾਂ 'ਚੋਂ 1742 ਪ੍ਰਾਇਮਰੀ ਸਕੂਲਾਂ 'ਚ ਸਿਰਫ ਇੱਕ ਅਧਿਆਪਕ ਬੱਚਿਆਂ ਨੂੰ ਪੜ੍ਹਾ ਰਿਹਾ, ਜਦੋਂ ਕਿ 6,711 ਮਿਡਲ ਸਕੂਲਾਂ 'ਚੋਂ 572 ਮਿਡਲ ਸਕੂਲਾਂ 'ਚ ਸਿਰਫ 2 ਅਧਿਆਪਕ ਨੇ। 69 ਸਕੂਲ ਅਜਿਹੇ ਨੇ ਜਿਨ੍ਹਾਂ ਦੇ ਕੋਲ ਬਿਲਡਿੰਗ ਨਹੀਂ ਹੈ। ਇਹ ਸਕੂਲ ਜਾਂ ਤਾਂ ਕਿਰਾਏ ਦੀ ਬਿਲਡਿੰਗ 'ਚ ਚੱਲ ਰਹੇ ਨੇ ਜਾਂ ਇਹਨਾਂ ਦਾ ਨਿਰਮਾਣ ਕਾਰਜ ਚੱਲ ਰਿਹਾ। ਮੌਜੂਦਾ ਸਿੱਖਿਆ ਮੰਤਰੀ ਨੇ ਇਸ 'ਤੇ ਸਵਾਲ ਚੁੱਕੇ ਨੇ ਤਾਂ ਸਾਬਕਾ ਸਿੱਖਿਆ ਮੰਤਰੀ ਮੁਤਾਬਕ ਉਹਨਾਂ ਆਪਣੇ ਵੱਲੋਂ ਬਹੁਤ ਯਤਨ ਕੀਤੇ ਨੇ, ਪਰ ਕੁਝ ਕਮੀਆਂ ਜ਼ਰੂਰ ਰਹਿ ਗਈਆਂ ਨੇ। ਕਾਫੀ ਸੀਰੀਅਸ ਮੈਟਰ ਹੈ ਕਿ ਜਿਹੜੀ ਬੇਸਿਕ ਇਨਫਰਾਸਟ੍ਰਕਚਰ ਹੈ, ਬੇਸਿਕ ਫੈਸਿਲਿਟੀਜ਼ ਹੀ ਨਹੀਂ ਅਸੀਂ ਬੱਚਿਆਂ ਨੂੰ ਦੇ ਪਾ ਰਹੇ। ਸੋ ਇਸ ਬਾਰੇ 'ਚ ਮੈਂ ਡਿਟੇਲ ਰਿਪੋਰਟ ਮੰਗਵਾਈ ਹੈ ਕਿ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿੱਥੇ ਕਿੱਥੇ ਇਸ ਤਰ੍ਹਾਂ ਦੀ ਹੈ। ਅਸੀਂ ਉਹਨਾਂ ਨੂੰ ਰਿਵਿਊ ਕਰਕੇ ਆਪਾਂ ਉਹ ਦੂਰ ਕਰਾਂਗੇ ਕਮੀਆਂ ਨੂੰ। ਲੇਕਿਨ ਇਹ ਸੱਚਾਈ ਹੈ ਕਿ ਕੁਝ ਡਿਫੀਕਲਟ ਇਲਾਕੇ, ਬਾਰਡਰ ਦੇ ਇਲਾਕੇ, ਕੰਢੀ ਦੇ ਇਲਾਕੇ ਜਿੱਥੇ ਜਾਣ ਆਉਣ 'ਚ ਬਹੁਤ ਮੁਸ਼ਕਲ ਹੈ, ਉਹਨਾਂ ਥਾਵਾਂ ਦੇ ਉੱਤੇ ਅਧਿਆਪਕਾਂ ਦੀ ਗਿਣਤੀ ਜਿਹੜੀ ਹੈ ਉਹ ਫਰਕ ਹੁੰਦੀ ਹੈ। ਜਿਹੜੇ ਅੱਛੇ ਸਟੇਸ਼ਨ ਹੈ ਉਹਨਾਂ 'ਤੇ ਅਧਿਆਪਕਾਂ ਦੀ ਗਿਣਤੀ ਫਰਕ ਹੁੰਦੀ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਦੇ ਕੋਈ ਇੱਕ ਹੱਲ ਸੀ ਕਿ ਕੰਟੀਨਿਊਸਲੀ ਰਿਕਰੂਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੀਤੀ ਸੀ। 25,000 ਤਾਂ ਅਸੀਂ ਅਖੀਰਲੇ ਮਹੀਨੇ ਦੇ ਵਿੱਚ ਕਰਕੇ ਗਏ ਹਾਂ, ਲੇਕਿਨ ਹਾਲੇ ਕੁਛ ਵੈਕੈਂਸੀਆਂ ਹੋਰ ਵੀ ਖਾਲੀ। ਰਿਪੋਰਟ 'ਚ ਇਹ ਵੀ ਪਤਾ ਲੱਗਿਆ ਕਿ ਸਰਵ ਸਿੱਖਿਆ ਅਭਿਆਨ ਲਈ ਕੇਂਦਰ ਵੱਲੋਂ ਤਾਂ ਆਪਣੇ ਹਿੱਸੇ ਦੇ 1,362 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਸਨ, ਪਰ ਪੰਜਾਬ ਨੇ ਆਪਣੇ ਹਿੱਸੇ ਦੇ 49 ਕਰੋੜ ਰੁਪਏ ਵੀ ਨਹੀਂ ਦਿੱਤੇ। ਅਜਿਹੀਆਂ ਤਮਾਮ ਬੇਨੀਮੀਆਂ ਦਾ ਕੈਗ ਦੀ ਰਿਪੋਰਟ 'ਚ ਖੁਲਾਸਾ ਹੋਇਆ ਹੈ, ਜਿਸ 'ਤੇ ਆਉਣ ਵਾਲੇ ਦਿਨਾਂ 'ਚ ਸਿਆਸੀ ਗਹਿਮਾ ਗਹਿਮੀ ਵਧਣ ਦੇ ਆਸਾਰ ਵੱਧ ਗਏ ਨੇ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ।